ਗਿਆਨ ਕਰੋ, ਸਿੱਖ ਬਣੋ, ਪਿਆਰ ਕਰੋ ਸਾਰੀ ਦੁਨੀਆਂ ਦੇ ਨਾਲ, ਇੱਕ ਬਣੋ, ਇੱਕ ਬਣਨਾ ਪੈਣਾ ਸਾਰੀ ਦੁਨੀਆਂ ਦੇ ਨਾਲ। ਬਾਣੀ ਚ ਅਸੀਂ ਕਿਵੇਂ ਹੁੰਦੇ ਹਾਂ, ਮੈਂ ਇੰਗਲਿਸ਼ ਪੜ੍ਹਦੀ ਹਾਂ, ਓ ਨਾਨਕ ਦ ਗੁਰੂ ਇਜ਼ ਦ ਟ੍ਰੀ ਆਫ ਕੰਟੈਂਟਮੈਂਟ ਵਿਦ ਫਲਾਵਰਸ ਆਫ ਫੇਥ ਐਂਡ ਫਰੂਟਸ ਆਫ ਸਪਿਰਚੁਅਲ ਵਿਜ਼ਡਮ। ਗੁਰੂ ਦੀ ਬਾਣੀ ਇੰਨੀ ਮਿੱਠੀ ਆ, ਕਹਿੰਦੇ ਕਿ ਜੇ ਫਲ ਹੈ ਨਾ, ਜੇ ਫਰੂਟ ਲੱਗਦਾ ਟ੍ਰੀ ਨੂੰ, ਫਰੂਟ ਥੱਲੇ ਨੀਵਾਂ ਹੀ ਹੁੰਦਾ ਹੈ ਨਾ, ਭਾਰਾ ਹੋ ਜਾਂਦਾ ਆ, ਸਾਨੂੰ ਵੀ ਇੱਕ ਦੂਜੇ ਨੂੰ ਨੀਵੇਂ ਹੀ ਹੋਣਾ ਪੈਣਾ ਆ। ਜਿਹੜੀ ਪ੍ਰਾਈਡ ਆ, ਜਿਹੜੇ ਆਪਣੇ ਪੰਜ ਜਿਹੜੇ ਵਾਈਸ ਸਾਡੇ ਅੰਦਰ ਪਹਿਲਾਂ ਜ਼ੋਰ ਛੱਡਿਓ ਆ ਨਾ, ਲਸਟ, ਐਂਗਰ, ਗਰੀਡ, ਵਰਲਡ ਅਟੈਚਮੈਂਟ, ਪ੍ਰਾਈਡ, ਈਗੋ, ਇਹ ਸਾਨੂੰ ਲੂਜ਼ ਕਰਨੀ ਪੈਣੀ ਆ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਕਿਉਂਕਿ ਜਿੱਧਰਲੇ ਸਾਈਡ 'ਤੇ ਇਹ ਚੀਜ਼ਾਂ ਆ, ਉਹ ਕੋਈ ਪੱਤੇ ਨਹੀਂ ਹੁੰਦੇ, ਨਾ ਕੋਈ ਫਰੂਟ, ਨਾ ਫਲ ਲੱਗਦਾ। ਜਿੱਧਰ ਤੁਸੀਂ ਗੁਰੂ ਦੇ ਨਾਲ ਲੱਗੋਗੇ, ਉੱਧਰ ਤੁਹਾਨੂੰ ਪਤਾ ਹਰਿਆਈ ਹੋਊਗੀ, ਫੁੱਲ ਹੋ ਗਏ, ਥੋੜ੍ਹਾ ਮਨ ਖੁਸ਼ ਹੋਊਗਾ। ਪਰ ਜਿਵੇਂ ਕਹਿ ਦਿੰਦੇ ਹੁੰਦੇ ਆ, ਅਸੀਂ ਜਿਨ ਗੁਰੂ ਗ੍ਰੰਥ ਸਾਹਿਬ ਹੈਗਾ ਸਾਡੇ ਲਈ ਵਾਹਿਗੁਰੂ, ਕਿ ਜਿਹੜੀ ਰੂਟ ਆ ਨਾ, ਜੜ ਹੁੰਦੀ ਆ, ਉਹਨੂੰ ਅਸੀਂ ਦੇਣਾ ਆ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਅਸੀਂ ਰੂਟ ਦੇ ਨਾਲ ਜੁੜ ਰਹੇ ਹਾਂ, ਉਹਨੂੰ ਅਸੀਂ ਪਾਣੀ ਦੇ ਰਹੇ ਹਾਂ, ਕਿ ਫੁੱਲ ਨੂੰ ਪੱਤੇ ਦਉਂਗੇ ਜਾਂ ਥੱਲੇ ਰੂਟ ਨੂੰ ਹੌਲੀ ਜਾਓਗੇ, ਪਰ ਤੁਸੀਂ ਰੂਟ ਨੂੰ ਅਸੀਂ ਫੀਡ ਕਰਾਂਗੇ, ਉਹੀ ਤਾਂ ਹੀ ਫਲ ਹੋ ਗਏ। ਹੁਣ ਰੂਟ ਕੀ ਹੈਗੀ ਚੀਜ਼ ਹੈ ਇਸ ਵੇਲੇ ਦੁਨੀਆਂ 'ਚ, ਆ ਬੱਚੇ, ਦ ਹਿਊਮਨ ਬੀਂਗ, ਰਾਈਟ, ਦੇ ਆਰ ਦ ਰੂਟਸ। What we feed them in their mind is what they will become. I think I explained this 400, this is consciousness. Aap tu sib gurbani ch pad lo na, ek yasya man manya ta hua nichal ji paaji kithe gaye 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 ho to karwana se gaye. When the mind accepts and is satisfied with one, then consciousness becomes stable. Man jitna ayo ithe man nu ਤੁਸੀਂ ਆਪ ਪੜ੍ਹ ਸਕਦੇ ਹਾਂ, ਆਪ ਸਰਚ gurbani.com, ਤੁਸੀਂ ਦੇਖੋ ਇੰਗਲਿਸ਼ 'ਚ ਵੀ ਹੈਗਾ, ਹਿੰਦੀ 'ਚ ਵੀ ਲਿਖਿਆ, ਪੰਜਾਬੀ 'ਚ, ਗੁਰਮੁਖੀ 'ਚ, ਸਾਰੇ ਲੈਂਗੁਏਜ ਲਿਖੇ ਹੋ ਆ। ਆਪ ਬਾਣੀ ਪੜ੍ਹੋ, ਨਿਆਣਿਆਂ ਨੂੰ ਆਪ ਇਨਕਰੇਜ ਕਰੋ ਕਿ ਕੋਈ ਵੀ ਗੱਲ ਹੁੰਦੀ ਹੈ, ਗੁਰੂ ਕੋਲ ਜਾ ਕੇ ਸਾਹਿਬ ਹੁਕਮ ਲੈ ਲੈਣ। ਜੇ ਸਟੱਕ ਆ ਲਾਈਫ ਦੇ ਵਿੱਚ, ਸਾਹਿਬ ਹੁਕਮ ਲਓ, ਗੁਰੂ ਤੁਹਾਨੂੰ ਆਂਸਰ ਦਊਗਾ 100%, ਜੇ ਤੁਸੀਂ ਬਲੀਵ ਕਰਦੇ ਹਾਂ। ਕੌਂਕਰ ਯੋਰ ਮਾਈਂਡ, ਕੌਂਕਰ ਦੀ ਯੂਨੀਵਰਸ, ਦਿਸ ਇਜ਼ ਦ ਮੇਨ ਮੈਸੇਜ ਦੈਟ ਗੁਰੂ ਨਾਨਕ ਬ੍ਰੋਟ। ਮਨ ਜੀਤਾ ਜਗ ਜੀਤਾ, ਜੇ ਮਨ ਨਾ ਜਿੱਤੇ ਤੁਸੀਂ ਜਗ ਨਹੀਂ ਜਿੱਤੋਗੇ, ਕਿਉਂਕਿ ਮਨ ਤੁਹਾਨੂੰ 10 ਪਾਸੇ ਦੌੜਨਾ, ਕਹਿਣਾ ਆਹ ਕਰਨਾ, ਆਹ ਕਰਨਾ, ਉਹ ਕਰੋ, ਉਹ ਕਰੋ, ਆਹ ਮਾੜਾ, ਉਹ ਮਾੜਾ, ਤੁਹਾਨੂੰ ਫਿਰ ਤਮਾਸ਼ਾ ਨਹੀਂ ਦਿਸਣਾ ਆ। ਕਿਉਂ, ਜੇ ਤੁਸੀਂ ਆਪਣਾ ਮਨ ਜਿੱਤ ਚੋਗੇ, ਉਹ ਜੋ ਤੁਸੀਂ ਆਪਣੇ ਮਨ ਦੇ ਵਿੱਚ ਪਾਓਗੇ, ਉਹੀ ਤੁਹਾਡਾ ਸੱਚ ਹੋਣ ਲੱਗ ਪੈਣਾ। ਮੇਰੇ ਮਨ 'ਚ ਇਹੀ ਆ ਕਿ ਦੁਨੀਆਂ ਨੂੰ ਜੋੜਨਾ ਹੈ, ਬਸ, ਮੇਰੀ ਹੋਰ ਕੋਈ ਵਿਜ਼ਨ ਹੈ ਨਹੀਂ ਆ, ਮੈਂ ਨਹੀਂ ਲਈ, ਗੁਰੂ ਨੇ ਆਪ ਦਿੱਤੀ, ਕਹਿੰਦਾ ਤੈਨੂੰ ਕਰਨਾ ਪੈਣਾ। ਮੈਂ ਪਹਿਲਾਂ ਨਹੀਂ ਕਰਨਾ ਚਾਹੁੰਦੀ ਸੀਗੀ, ਉਹ ਫਿਰ ਬਾਰ ਬਾਰ ਮੈਨੂੰ ਆ ਕੇ ਰਿਮਾਇੰਡ ਕਰਦਾ ਸੀ ਕਿ ਇਹਨੇ ਕਰਨਾ ਪੈਣਾ, ਕਿ ਜੋ ਮੈਂ ਕਰਮ ਅੱਗੇ ਕਮਾ ਕੇ ਆਈ ਹਾਂ, ਉਹ ਮੈਂ ਅੱਗੇ ਕਮਾ ਲਏ ਆ, ਹੁਣ ਜਿਹੜੇ ਮੈਂ ਹੁਣ ਕਮਾਉਣੇ ਆ, ਉਹ ਮੈਨੂੰ ਮੋਹਰੇ ਮਿਲਣੇ ਆ। ਸੱਚਖੰਡ ਇੱਥੇ ਇਸ ਹੀ ਜਨਮ ਦੇ ਵਿੱਚ ਸਾਡਾ ਗੋਲ ਹੋਣਾ ਚਾਹੀਦਾ ਲਾਈਫ ਦਾ। ਅੱਜ ਦਾ ਹੁਕਮਨਾਮਾ ਜੇ ਕਿਸੇ ਨਹੀਂ ਪੜ੍ਹਿਆ, ਤੁਸੀਂ ਪਲੀਜ਼ ਜਾ ਕੇ ਅੱਜ ਮੁੜ ਕੇ ਸਕਰੀਨ ਲੱਗ ਗਈਆਂ ਥੱਲੇ, ਹੈ ਨਾ, ਪਲਾਜ਼ਮਾ, ਜਾ ਕੇ ਪੜ੍ਹ ਲਿਓ। ਲਿਖਿਆ ਹੈ, ਅਨਲੈਸ ਯੂ ਇੰਜੋਏ ਦ ਵਿਕਟਰੀ ਆਫ ਦ ਕ੍ਰੀਏਟਰ, ਕਿ ਫਿਰ ਕੀ ਫਾਇਦਾ ਹੋਇਆ ਲਾਈਫ ਦਾ। ਉਹਦੀ ਵਿਕਟਰੀ ਹੋ ਗਈ ਆ, ਉਹਨੂੰ ਪਛਾਣੋ, ਫਿਰ ਉਹਦੇ ਤੁਹਾਡੇ ਆਪਣੇ ਆਪ ਹੀ ਤੁਸੀਂ ਖੁਸ਼ ਹੋ ਜਾਣਾ। ਤੁਸੀਂ ਕਹਿਣਾ, ਵਾਹ ਗੁਰੂ, ਕਿੱਦਾਂ ਇਹ ਰੰਗ ਤੁਸੀਂ ਕਰ ਗਏ ਸੀ ਸਾਡੇ ਲਈ, ਨਾ। ਮੇਕ ਦ ਲਵ ਆਫ ਦ ਲੋਰਡ ਯੂਰ ਪੈਨ ਐਂਡ ਯੂਰ ਕੌਨਸ਼ੀਅਸਨੈਸ ਬੀ ਦ ਸਕ੍ਰਾਈਬ ਐਂਡ ਸੀਕ ਦ ਗੁਰੂਜ਼ ਇੰਸਟਰਕਸ਼ਨਸ ਐਂਡ ਰਿਕਾਰਡ ਦਮ ਐਵਰੀ ਡੇ। ਪਾਠ ਕਰਕੇ ਨੋਟਬੁੱਕ ਲੈ ਲਓ,
ਜੋ ਤੁਹਾਨੂੰ ਅੰਦਰ ਅੰਦਰ ਤੁਹਾਡੀ ਸੋਚ ਆਊਗੀ ਉਹਨੂੰ ਲਿਖੋ, ਨੋਟ ਕਰਿਓ, ਪਹਿਲਾਂ ਨੋਟ ਕਰੀ ਜਾਇਓ, ਆਪ ਹੀ ਆਵਾਜ਼ ਨਾਲ ਗੁਰੂ ਨਾਲ ਗੱਲ ਕਰਿਓ। ਮੈਂ ਇੱਕ ਦਿਨ ਗੁਰੂ ਨੂੰ ਕਿਹਾ, ਮੈਂ ਕਿਹਾ ਗੁਰੂ ਕੀ ਸੀ ਸੋਡ ਨੂੰ ਤੁਸੀਂ ਨਾ ਘੱਲਿਆ, ਕੀ ਸੀ? ਮੈਂ ਇਹਨਾਂ ਨੂੰ ਐਕਸਪਲੇਨ ਕਰੋ। ਦੂਸਰੇ ਦਿਨ ਮੇਰੇ ਘਰ ਜਹੋਵਾ ਵਿਟਨੈਸ ਆ ਗਏ, ਮੇਰੇ ਮਨ 'ਚ ਤਾਂ ਇੱਕ ਹੀ ਆ ਨਾ, ਮੈਂ ਕਿਹਾ ਇੱਕ ਆ ਗਿਆ ਇਸ ਰੂਪ 'ਚ, ਮੈਂ ਕਿਹਾ ਆਓ ਅੰਦਰ। ਮੈਂ ਕਿਹਾ ਸਾਡੇ ਕੋਲ ਸੋਡ ਹੈ, ਮੈਂ ਕਿਹਾ ਤੁਹਾਡੇ ਕੋਲ ਕੀ ਹੈ? ਉਹਨੇ ਬਾਈਬਲ ਖੋਲ੍ਹੀ, ਉਸ ਜਦ ਹੁਕਮਨਾਮਾ ਖੋਲ੍ਹੀ ਤਾਂ ਉਹਨੇ ਉਸੇ ਪੇਜ 'ਤੇ ਖੋਲ੍ਹਿਆ, ਸਹੀ ਪੇਜ 'ਤੇ। ਕਹਿੰਦਾ ਯੋਰ ਜੀਵ, ਯੋਰ ਥੰਗ ਇਜ਼ ਅ ਡਬਲ ਐਜ ਸਾਈਡਡ ਸੋਡ, ਕਿ ਇੰਨੀ ਸ਼ਾਰਪ ਆ ਨਾ, ਇਹ ਕੱਟ ਦਊਗੀ। ਸਹੀ ਗੱਲ ਆ ਨਾ, ਜੇ ਜੋ ਅਸੀਂ ਮੂੰਹ 'ਚ ਬੋਲੋਗੇ ਮੁੜ ਕੇ ਨਹੀਂ ਵਾਪਸ ਆ ਸਕਦੀ ਆ। ਗੁਰੂ ਸਾਹਿਬ ਚਾਹੁੰਦੇ ਸੀ ਕਿ ਤੁਸੀਂ ਅੰਦਰ ਆਪਣੇ ਮਾਇੰਡ ਜਿਹੜੀ ਇਹ 'ਚ ਬਾਹਰ ਸਾਰਾ ਉਹ ਪੰਜ ਜਿਹੜੇ ਹੈਗੇ ਆ ਨਾ ਛੱਡਿਓ ਅੰਦਰ ਸਾਰੇ, ਉਹਨਾਂ ਕੱਟੋ, ਖੜਵਾਈ ਖੜਵਾਈ ਦਿਓ ਉਹ ਨੈਗੇਟਿਵ, ਐਂਡ ਦੈਨ ਚੜ੍ਹਦੀ ਕਲਾ 'ਚ ਰਹੋ, ਚੜ੍ਹਦੀ ਕਲਾ 'ਚ ਰਹੋ। 21st ਸੈਂਚਰੀ ਮੂਵਿੰਗ ਫੋਰਵਰਡ, ਜਿਹੜੀ ਆ ਧਰਤੀ ਆ ਮਹਾ ਧਰਤ, ਇਹ ਹੈਗੀ ਆ ਮੈਗਨੈਟ ਮੰਗਰ ਆ, ਚਮਕ ਪੱਥਰ, ਇੱਕ ਮੂਨ ਆ ਸੂਰਜ, ਅਰਥ ਆ ਇਹ, ਇਹ ਚਮਕ ਪੱਥਰ ਮੰਗਰ, ਇਹ ਗ੍ਰੈਵਿਟੀ ਹੋ ਰਹੀ ਆ, ਇਹ ਐਨਰਜੀ ਆ, ਜਿੱਦਾਂ ਅਸੀਂ ਰੇਡੀਓ ਚਲਾਉਂਦੇ ਹਾਂ, ਟੀ ਵੀ ਚਲਾਉਂਦੇ, ਇਹ ਫ੍ਰੀਕੁਐਂਸੀ ਆ, ਇਹ ਸਾਇੰਸ ਵੱਲੋਂ ਵੀ ਮੈਂ ਦੱਸਦੀ ਹਾਂ ਨਾ। ਸੱਚ ਗੇਮ ਚੱਲ ਪਈ ਹੈ, ਸਾਨੂੰ ਸੱਚ ਲਿਵ ਕਰਨਾ ਪੈਣਾ। ਸੱਚ ਕੀ ਹੈਗਾ? ਸੱਚ ਤੁਸੀਂ ਆਪਣੇ ਆਪ ਵੀ ਦੇਖੋ, ਮੈਂ ਆਪ ਵੀ ਗਾਂਹ ਹੋਰ ਕੋਈ ਪ੍ਰੈਜੈਂਟੇਸ਼ਨ ਦਊਂਗੀ, ਪਰ ਐਕਸ਼ਨ ਲੈਣੀ ਪੈਣੀ ਸਾਨੂੰ, ਪਾਠ ਕਰਕੇ ਨਹੀਂ ਹੈ। ਗੁਰੂ ਕਹਿੰਦਾ ਮੇਰੀ ਸੁਣੋ, ਲਿਖੋ, ਹੁਣ ਤੁਰੋ, ਉਹਦੀ ਐਕਸ਼ਨ ਲਓ। ਸਮ ਸਿੰਗ ਆਫ ਹਿਸ ਗਿਫਟਸ ਐਂਡ ਨਾਓ ਹਿਸ ਸਾਈਨ ਐਂਡ ਇਨਸਿਗਨੀਆ, ਉਹਦੇ ਸਾਈਨ ਨਿਸ਼ਾਨ ਬਾਰੇ ਅੱਜ ਮੈਂ ਦੱਸਣਾ, ਉਹਦੇ ਨਿਸ਼ਾਨ ਕਿੱਦਾਂ ਸੀਗੇ। ਮੈਂ ਉਹਨਾਂ ਇੱਕਦਮ ਮਨ ਦੇ ਵਿੱਚ ਆਇਆ ਕਿ ਮੈਂ ਐਡਵਰਟਾਈਜ਼ਿੰਗ ਮਾਰਕੀਟਿੰਗ ਕਰਦੀ ਸੀ ਕਿ ਲੋਗੋ ਜਿਹੜੇ ਅਸੀਂ ਪਾਉਂਦੇ ਹਾਂ, ਬ੍ਰਾਂਡ ਪਾਉਂਦੇ ਹਾਂ ਨਾ, ਨਾਂ 'ਤੇ ਲਿਖਿਓ ਅੱਖਰ ਅੱਖਰ, ਇਹ ਬ੍ਰਾਂਡ ਨਹੀਂ ਹੈਗੇ ਹੈ। ਇੰਟਰਨੈਟ 'ਚ ਪਾਇਆ ਲੋਗੋਸ, ਅਸੀਂ ਨਾਮ ਕਹਿੰਦੇ ਹਾਂ। ਗੋਰੇ ਕਹਿੰਦੇ ਇਨ ਦ ਬਿਗਿਨਿੰਗ ਵਾਜ਼ ਦ ਵਰਡ, ਦ ਗ੍ਰੀਕ ਕਾਲਡ ਇਟ ਦ ਲੋਗੋਸ। ਜੇ ਮੈਂ ਕਿਸੇ ਨੂੰ ਦੱਸਿਆ ਇਹ ਗੱਲ, ਕਹਿੰਦਾ 432 ਅੰਗ ਜਾ ਕੇ ਪੜ੍ਹੀ, ਕਹਿੰਦੇ ਗੁਰੂ ਨਾਨਕ ਦੇਵ ਜੀ ਲਿਖਿਆ ਸੀ ਸੱਸਾ ਸਾਹਿਬ ਸ੍ਰਿਸ਼ਟ, ਮੇਰੇ ਖਿਆਲ ਦਾ ਸੱਸਾ ਸਾਹਿਬ ਉੜਾੜਾ ਨਾ ਗੁਰਮੁਖੀ ਪਰੋਂ ਸਸਤਾ ਇੱਕ ਐਸ ਲਿਖਿਆ। ਅੱਜ ਭਾਜੀ ਬੋਲਿਆ ਨਾ ਆਈਫੋਨ, ਆਏ ਕੌਣ ਆ? ਫੋਨ ਦਾ ਫੋਨ ਜਿਹੜਾ ਹੈਗਾ ਤਾਂ ਹੈ, ਆਏ ਕੌਣ ਆ? ਮੈਂ ਨਹੀਂ, ਗੁਰੂ ਕਹਿੰਦਾ ਮੈਂ ਆਏ ਆਉਂਦੀ ਹਾਂ। ਆਏ ਸਸਤਾ ਸਾਹਿਬ 432, ਉਹਨੂੰ ਗਿਆਨ ਕਰਿਓ, ਆਈਫੋਨ 4 ਚਾਰੇ ਪਾਸੇ ਐਸ। ਗੁਰੂ ਕਹਿੰਦਾ ਮੈਂ ਹੀ ਹਾਂ, ਸੈਲਫੋਨ 'ਚ ਵੀ ਮੈਂ ਹਾਂ, ਟੈਕਨੋਲੋਜੀ 'ਚ ਮੈਂ ਹਾਂ। ਨੋਟਿਸ ਕਰਿਓ ਤੁਸੀਂ ਈਮੇਲ ਤੋਂ ਅੱਖਰ ਕਿੱਦਾਂ ਆ ਰਹੇ ਆ, ਕੀ ਆ ਰਿਹਾ ਆ, ਨੋਟਿਸ ਐਵਰੀਥਿੰਗ। ਬਾਬਾ ਹੀ ਸੈਟ ਦ ਪਲੇ, ਸੈਟ ਆਊਟ ਟੂ ਪਲੇ ਦ ਗੇਮ ਔਨ ਦ ਚੈਸ ਬੋਰਡ ਆਫ ਦ 4 ਏਜਸ, ਹੀ ਮੇਡ ਆਲ ਦ ਬੀਇੰਗਸ ਅ ਕ੍ਰੀਚਰ ਦ ਚੈਸਮੈਨ, ਐਂਡ ਆਪਣੇ ਆਪ ਡਾਈਸ ਸਿੱਟੀ ਆ, ਆਪ ਹੀ ਖੇਡ ਰਿਹਾ ਹੈ ਸਾਡੇ ਨਾਲ, ਚਾਰ ਹੀ ਪਾਸਿਆਂ ਆਪ ਗੇਮ ਖੇਡ ਰਿਹਾ ਆ। ਆ ਮੈਂ ਹੁਣ ਤੁਹਾਨੂੰ ਦੱਸ ਰਹੀ ਐਕਸਪੀਰੀਅੰਸ, ਚੰਗੇ ਤਰ੍ਹਾਂ ਗਿਆਨ ਕਰਿਓ। ਮੈਂ ਹੇਤੀ ਜਾਣ ਤੋਂ ਪਹਿਲਾਂ ਮੈਡੀਕਲ ਹੈਲਥ ਕਲੀਨਿਕ ਦੇ ਵਿੱਚੋਂ ਬਾਹਰ ਨਿਕਲੀ ਸੀਗੀ, ਤਾਂ ਮੇਰੇ ਅੱਖ ਦੇ ਸਾਹਮਣੇ ਮਾਈਕਲ ਜੈਕਸਨ ਦੀ ਫੋਟੋ ਆ ਗਈ ਸੀਗੀ। ਇਹ ਪੈਸੇ ਰੇਜ਼ ਕਰਨਾ ਚਾਹੁੰਦੇ ਸੀ ਹੋਸਪਿਟਲ ਲਈ, ਜੋਸੇਫ ਬ੍ਰਾਊਨ ਹੋਸਪਿਟਲ। ਮੇਰੇ ਮਨ 'ਚ ਆਇਆ $222 ਲਿਖ ਦੇ, ਜੇ $222 ਜੇ ਮੈਨੂੰ ਜਿੱਤ ਗਈ ਆਪਸ਼ਨ, ਮੈਂ ਚੈੱਕ ਦੇ ਦੂੰਗੀ, ਫਾਇਦੇ ਲਈ ਜਾ ਰਹੇ ਪੈਸੇ। ਉਹਨੇ ਮੈਨੂੰ ਫੋਨ ਕੀਤਾ, ਕਹਿੰਦਾ ਤੂੰ ਜਿੱਤ ਗਈ ਆਪਸ਼ਨ, ਜਾ ਕੇ ਮੈਂ ਫੋਟੋ ਲਏ। ਮੈਂ ਹਸਬੈਂਡ ਨੂੰ ਕਿਹਾ ਮੈਂ $50 ਦੀ ਆਈ, ਕਿਉਂਕਿ ਆਪਣੇ ਲਾਈਕ ਕਰ ਦਿੰਦੇ ਆ। ਐਂਡ ਫਿਰ ਹੇਤੀ ਮੈਂ ਜਾਣਾ ਸੀਗਾ, ਫਿਰ ਮੇਰੀ ਸਿਸਟਰ ਨੂੰ ਮੇਰੇ ਕੋਲ ਆਈ, ਤਾਂ ਉਹਨੇ ਮੈਂ ਚੈੱਕ ਲਿਖਿਆ $222। ਜਦੋਂ ਚਲੇ ਗਈ ਮੈਂ ਬਾਅਦ 'ਚ ਦੇਖਿਆ, ਮੈਂ ਕਿਹਾ ਜਿੱਤੀ
ਮੈਂ ਕਿਹਾ ਤੂੰ $222 ਕਾਹਤੇ ਲਿਖੇ ਹੋ? ਕਹਿੰਦੀ ਇਹ ਪਹਿਲਾ ਨੰਬਰ ਆਇਆ ਕਹਿੰਦੀ ਮੇਰੇ ਮਨ ਦੇ ਵਿੱਚ। ਮੈਂ ਕਿਹਾ ਵਾਓ, ਕਿਉਂਕਿ ਅਸੀਂ ਕਈ ਵਾਰ $211 ਲਿਖਦੇ ਨੇ ਜਾਂ $201, ਹੈ ਨਾ। ਕਹਿੰਦੀ ਇਹ ਉੱਥੇ ਹੇਠੀ ਦੇ ਦੀ ਕਿਸੇ ਨੂੰ, ਉੱਥੇ ਹੈਲਪ ਕਰਦੀ। ਮੈਂ ਕਿਹਾ ਓਕੇ। ਇੱਥੇ ਬੈਠੀ ਬੈਠੀ ਮੇਰੇ ਮਨ ਨੂੰ ਆਇਆ ਸੀ ਕਿ ਇੱਥੇ ਸਿਲਾਈ ਦਾ ਕੈਂਪ ਲਾ ਲਾ, ਕਿ ਲੋਕੀ ਚੈਰਿਟੀ ਨਹੀਂ ਚਾਹੁੰਦੇ ਆ, ਕਿ ਅਸੀਂ ਕੋਈ ਗਰੀਬ ਨੂੰ ਕੋਈ ਮਾੜਾ ਜਿਹਾ ਅੱਜ ਦੇ ਇੱਕ ਦਿਨ ਦਾ ਖਾਣ ਦੇ ਆਏ, ਕੱਲ੍ਹ ਨੂੰ ਕੀ ਖਾਊਗਾ? ਜੇ ਕੋਈ ਕੋਈ ਸਕਿੱਲ ਦੇਵਾਂਗੇ, ਕੋਈ ਕੰਮ ਤਾਂ ਕਰ ਲੂਗਾ, ਹੈ ਨਾ। ਜਦੋਂ ਮੈਂ ਮੁੜ ਕੇ ਆਈ ਕੈਂਪ ਤੋਂ, ਮੈਂ ਕਿਹਾ ਗੁਰੂ ਉੱਥੇ, ਮੈਂ ਕਿਹਾ ਬਿਜਲੀ ਹੈ ਨਹੀਂ ਆ, ਪਰ ਮੈਨੂੰ ਅੰਦਰੋਂ ਪਤਾ ਸੀ ਕਿ ਸਟਾਰਬਕਸ ਕੌਫੀ ਚਲ ਜਾ। ਉੱਥੇ ਜਾ ਕੇ ਮੈਂ ਬਹਿ ਗਈ, ਤਾਂ ਮੈਨੂੰ ਪਤਾ ਸੀ ਕਿ ਸਾਈਨ ਮਿਲੂਗਾ। ਮੈਂ ਬੈਠੀ ਬੈਠੀ ਤਾਂ ਦੇਖਦੀ ਦੇਖੀ ਇੱਧਰਲੇ ਪਾਸੇ ਮੇਰੇ ਇੱਕ ਬੰਦਾ ਬੈਠਾ ਸੀ, ਉਹ ਮਾੜਾ ਮੋਹ ਨੂੰ ਹੋਇਆ ਇੱਦਾਂ, ਉਹ ਟੀ ਸ਼ਰਟ ਦੇ ਪਿੱਛੇ ਲਿਖਿਆ ਸੇਂਟ ਪੈਟ੍ਰਿਕ। ਗੁਰੂ ਸਾਹਿਬ ਕਹਿੰਦੇ ਕਰਮ ਖੰਡ ਕੀ ਬਾਣੀ ਜੋੜ, ਤਾਂ ਸਾਰੀ ਦੁਨੀਆਂ ਦੇ ਸੰਤ ਕਰਮ ਖੰਡ 'ਚ ਆ। ਮੈਨੂੰ ਪਤਾ ਸੇਂਟ ਪੈਟ੍ਰਿਕ ਆਇਰਲੈਂਡ ਦਾ ਸੇਂਟ ਸੰਤ ਸੀਗਾ, ਤਾਂ ਉਹ ਵੀ ਸੀਸ ਹੋਏ ਸੀਗੇ ਗੁਰੂ ਤੇਗ ਬਹਾਦਰ ਹੋਣ। ਮੈਨੂੰ ਪਤਾ ਸੀ ਇਹਨਾਂ ਮੈਂ ਗੱਲ ਕਰਨੀ ਆ। ਹੁਣ ਦੇਖੋ ਸਾਇੰਸ ਤਾਂ ਆ ਗਿਆ, ਪਰ ਗੱਲ ਕਿੱਦਾਂ ਕਰਨੀ? ਆਪਾਂ ਜੱਕ ਜਾਂਦੇ ਹਾਂ ਨਾ, ਇਹ ਹੁਣ ਟਾਈਮ ਨਹੀਂ ਹੈਗਾ ਜਕਣ ਨੂੰ, ਹੁਣ ਟਾਈਮ ਹੈਗਾ ਖੁੱਲਣ ਨੂੰ, ਸਾਰੀ ਦੁਨੀਆਂ ਦੇ ਨਾਲ ਗੱਲ ਕਰਨ ਨੂੰ। ਤਾਂ ਬੰਦੇ ਨਾਲ ਗੱਲ ਉਹਦਾ ਬਹਾਨਾ ਪਾ ਕੇ ਹੇਤੀ ਦੀ ਗੱਲ ਕਰਨ ਲੱਗ ਪਈ। ਉਹ ਕਹਿੰਦਾ ਮੇਰੇ ਕੋਲ ਸਲਿਊਸ਼ਨ ਹੈਗੀ ਤੇਰੇ ਲਈ। ਮੈਂ ਕਿਹਾ ਕੀ ਆ? ਕਹਿੰਦਾ ਬਲੂਮ ਐਨਰਜੀ। ਕਹਿੰਦਾ ਛੇਕ ਤੋਂ ਮੈਂ ਆ ਜਾ ਕੇ ਉਹਨਾਂ ਨਾਲ ਗੱਲ ਕਰ, ਨੈਸਾ ਦੇ ਵਿੱਚੋਂ ਕਹਿੰਦਾ ਟੈਕਨੋਲੋਜੀ ਬਣੀ ਆ। ਹੁਣ ਦੇਖੋ ਇਹ ਟੈਕਨੋਲੋਜੀ ਰੇਤੇ ਦੇ ਨਾਲ ਬਣੀ ਹੋ ਆ। ਮੈਨੂੰ ਪਤਾ ਲੱਗਾ ਸੀ ਗੁਰੂ ਨਾਨਕ ਦੇਵ ਜੀ ਰੇਤਾ ਵੀ ਖਾਧਾ ਸੀਗਾ। ਮੈਂ ਸੋਚਿਆ ਉਹ ਕਾਹਤੇ ਖਾਧਾ ਹੋਊਗਾ, ਕਿ ਉਹਨੇ ਇੱਦਾਂ ਹੀ ਟੈਕਨੋਲੋਜੀ ਇਹ ਨੈਸਾ ਬਣਾ ਲਈ ਹੈ ਹੁਣ, ਕਿ ਤੁਸੀਂ ਬਿਜਲੀ ਵਾਇਰਲੈਸ ਬਣਾ ਸਕੇ, ਕਿ ਉਹ ਗੁਰੂ ਨਾਨਕ ਦੇਵ ਜੀ ਅੰਦਰ ਪਾ ਰਹੇ ਸੀਗੇ ਸਾਰਾ ਕੁਛ ਜੋ ਬਾਹਰ ਸੀਗਾ। ਜੇ ਗੁਰੂ ਗੋਬਿੰਦ ਸਿੰਘ ਤਾਂ 40 ਮੁਖ ਤੇ, ਤਾਂ ਜਿਹੜੇ ਜਿੰਨੇ ਆਪਣੇ ਸਿੱਖ ਸੀਗੇ ਤਾਂ ਪੱਤੇ ਖਾਂਦੇ ਸੀਗੇ ਜੰਗਲਾਂ ਦੇ ਵਿੱਚ, ਤਾਂ ਬਾਖ ਖਾਂਦੇ ਸੀਗੇ, ਉਹ ਅੰਦਰ ਪਾ ਰਹੇ ਸੀ ਸਾਰਾ ਕੁਛ। ਯੂ ਅੰਡਰਸਟੈਂਡ? ਗੁਰੂ ਤੇਗ ਬਹਾਦਰ ਕਹਿੰਦਾ ਸੀ ਗੰਗਾ ਬਾਹਰ ਨਹੀਂ, ਕਹਿੰਦਾ ਮੈਂ ਅੰਦਰ ਹੀ ਪਾ ਲੈਣਾ ਗੰਗਾ। ਦੇ ਵਰ ਬ੍ਰਿੰਗਿੰਗ ਐਵਰੀਥਿੰਗ ਇਨਸਾਈਡ ਦੈਨ। ਬਲੂਮ ਐਨਰਜੀ ਬਾਣੀ ਚ ਲਿਖਿਆ ਹੀ ਇਜ਼ ਦ ਮਾਸਟਰ।